ਮੁਲਾਜ਼ਮ ਉਹਨਾਂ ਗੋਲੀਆਂ ਦੇ ਖੋਲ ਇਕੱਠੇ ਕਰ ਰਹੇ ਨੇ ਜਿਹੜੀਆਂ MISC ਮੋਬਾਈਲ ਸ਼ੋਰੂਮ ਤੇ ਚਲਾਈਆਂ ਗਈਆਂ ਨੇ। ਸ਼ੋਰੂਮ ਦੇ ਮੈਨੇਜਰ ਮੁਤਾਬਕ ਰੋਜ਼ਾਨਾ ਦੀ ਤਰ੍ਹਾਂ ਉਹਨਾਂ ਨੇ ਸਵੇਰੇ ਆ ਕੇ ਸ਼ੋਰੂਮ ਖੁੱਲਿਆ ਸੀ। ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਆਏ ਤੇ ਗੋਲੀਆਂ ਚਲਾ ਕੇ ਚਲੇ ਗਏ। ਗੋਲੀਬਾਰੀ ਦੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਸ਼ੋਰੂਮ ਦੇ ਬਾਹਰ ਲੱਗੇ ਸਾਰੇ ਸ਼ੀਸ਼ੇ ਟੁੱਟ ਗਏ। ਅੱਜ ਸਵੇਰੇ ਮਾਰਨਿੰਗ ਡੇਲੀ ਰੂਟੀਨ ਦੀ ਤਰ੍ਹਾਂ 9:30 ਅਸੀਂ ਸ਼ੋਰੂਮ ਓਪਨ ਕੀਤਾ ਔਰ ਕੋਈ ਨੀਅਰ ਅਬਾਊਟ 10 ਵਜੇ ਦੇ ਕਰੀਬ, 9:45 ਦੇ ਕਰੀਬ ਸੀਗੇ ਜੀ, ਦੋ ਅਣਜਾਣ ਵਿਅਕਤੀ ਸੀਗੇ ਜਿਹਨਾਂ ਦੇ ਰੁਮਾਲ ਬੰਨੇ ਹੋਏ ਸੀ ਫੇਸ ਤੇ, ਔਰ ਬਾਹਰ ਸ਼ੋਪ ਦੇ ਬਾਹਰ ਆਏ ਔਰ ਆਪਣਾ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਹਦੇ 'ਚ ਲਗਭਗ 8-9 ਫਾਇਰਿੰਗ ਉਹਨਾਂ ਨੇ ਕੀਤੀ ਸ਼ੀਸ਼ਿਆਂ ਦੇ ਉੱਪਰ, ਉਹਦੇ 'ਚ ਇੱਕ ਫਾਇਰਿੰਗ ਅੰਦਰ ਵੀ ਆਈ ਹੈ। ਤੇ ਹਜੇ ਤੱਕ ਨਾਲ ਇਨਫੋਰਮੇਸ਼ਨ ਅਸੀਂ ਸਾਰਿਆਂ ਨੇ ਪਿੱਛੇ ਵੀ ਥੋੜ੍ਹੇ ਭੱਜੇ ਆ ਮੁੰਡੇ, ਪਰ ਉਹ ਨਿਕਲ ਗਏ ਉਹ, ਤੇ ਬਾਕੀ ਸਭ ਠੀਕ ਹੈਗਾ, ਕੋਈ ਕਿਸੇ ਦਾ ਨੁਕਸਾਨ ਨਹੀਂ ਹੋਇਆ, ਸ਼ੀਸ਼ੇ ਵਗੈਰਾ ਸਾਰੇ ਬ੍ਰੇਕ ਹੋਏ ਆ। DSP ਸਬ ਡਿਵੀਜ਼ਨ ਅਤੇ ਹੋਰ ਪੁਲਿਸ ਟੀਮਾਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀਆਂ ਨੇ। ਪੁਲਿਸ ਦੇ ਹੱਥ ਇੱਕ ਚਿੱਠੀ ਵੀ ਲੱਗੀ ਹੈ ਜਿਸ ਬਾਰੇ ਪੁਲਿਸ ਨੇ ਹਾਲੇ ਕੋਈ ਵੀ ਖੁਲਾਸਾ ਨਹੀਂ ਕੀਤਾ। ਇੱਥੇ ਸਵੇਰੇ 10 ਵਜੇ ਦੇ ਕਰੀਬ ਦੋ ਲੜਕੇ ਆਏ ਆ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈਗੀ, ਔਰ ਇਹਦੀ ਫੁਟੇਜ ਜਿਹੜੀ ਆ ਅਸੀਂ ਉਹ ਚੈੱਕ ਕੀਤੀ ਹੈਗੀ, ਜਿਹਦੇ ਆਧਾਰ 'ਤੇ ਅਸੀਂ ਕੇਸ ਰਜਿਸਟਰ ਜਿਹੜਾ ਉਹ ਕਰ ਰਹੇ ਹਾਂ ਇਹਨਾਂ ਦੇ ਬਿਆਨਾਂ ਦੇ ਆਧਾਰ 'ਤੇ, ਅਤੇ ਬਾਕੀ ਇਹਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ। ਕੇਸ ਰਜਿਸਟਰ ਕਰਨ ਤੋਂ ਬਾਅਦ ਜੋ ਗੱਲਬਾਤ ਸਾਹਮਣੇ ਆਏਗੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਕਿੰਨੇ ਰਾਊਂਡ ਫਾਇਰ ਹੋਏ ਹੈ? ਇਹ ਕਰੀਬ 14-15 ਦੇ ਰਾਊਂਡ ਲੱਗਦਾ ਹੈਗਾ ਜਿਹੜੇ ਫਾਇਰ ਹੋਏ ਆ, 32 ਬੋਰ ਦੇ ਹੈਗੇ ਆ। ਕਪੂਰਥਲਾ ਦੇ ਵਿੱਚ ਗੋਲੀਆਂ ਫਿਰੌਤੀ ਦੇ ਲਈ ਚਲਾਈਆਂ ਗਈਆਂ ਸੀ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਹੈ, ਇਸ ਦਾ ਹਲੇ ਖੁਲਾਸਾ ਨਹੀਂ ਹੋਇਆ। ਫਿਲਹਾਲ ਪੁਲਿਸ ਉਹਨਾਂ ਮੁੰਡਿਆਂ ਦੀ ਤਲਾਸ਼ ਕਰ ਰਹੀ ਹੈ ਜਿਨ੍ਹਾਂ ਦੇ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਨੇ। ਬੱਸ ਸਟੈਂਡ ਰੋਡ ਤੋਂ ਪੁਲਿਸ ਮੁਲਾਜ਼ਮ ਉਹਨਾਂ ਗੋਲੀਆਂ ਦੇ ਖੋਲ ਇਕੱਠੇ ਕਰ ਰਹੇ ਨੇ ਜਿਹੜੀਆਂ MISC ਮੋਬਾਈਲ ਸ਼ੋਰੂਮ ਤੇ ਚਲਾਈਆਂ ਗਈਆਂ ਨੇ। ਸ਼ੋਰੂਮ ਦੇ ਮੈਨੇਜਰ ਮੁਤਾਬਕ ਰੋਜ਼ਾਨਾ ਦੀ ਤਰ੍ਹਾਂ ਉਹਨਾਂ ਨੇ ਸਵੇਰੇ ਆ ਕੇ ਸ਼ੋਰੂਮ ਖੁੱਲਿਆ ਸੀ। ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਆਏ ਤੇ ਗੋਲੀਆਂ ਚਲਾ ਕੇ ਚਲੇ ਗਏ। ਗੋਲੀਬਾਰੀ ਦੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਸ਼ੋਰੂਮ ਦੇ ਬਾਹਰ ਲੱਗੇ ਸਾਰੇ ਸ਼ੀਸ਼ੇ ਟੁੱਟ ਗਏ। ਅੱਜ ਸਵੇਰੇ ਮਾਰਨਿੰਗ ਡੇਲੀ ਰੂਟੀਨ ਦੀ ਤਰ੍ਹਾਂ 9:30 ਅਸੀਂ ਸ਼ੋਰੂਮ ਓਪਨ ਕੀਤਾ ਔਰ ਕੋਈ ਨੀਅਰ ਅਬਾਊਟ 10 ਵਜੇ ਦੇ ਕਰੀਬ, 9:45 ਦੇ ਕਰੀਬ ਸੀਗੇ ਜੀ, ਦੋ ਅਣਜਾਣ ਵਿਅਕਤੀ ਸੀਗੇ ਜਿਨ੍ਹਾਂ ਦੇ ਰੁਮਾਲ ਬੰਨੇ ਹੋਏ ਸੀ ਫੇਸ ਤੇ, ਔਰ ਬਾਹਰ ਸ਼ੋਪ ਦੇ ਬਾਹਰ ਆਏ ਔਰ ਆਪਣਾ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਹਦੇ 'ਚ ਲਗਭਗ 8-9 ਫਾਇਰਿੰਗ ਉਹਨਾਂ ਨੇ ਕੀਤੀ ਸ਼ੀਸ਼ਿਆਂ ਦੇ ਉੱਪਰ, ਉਹਦੇ 'ਚ ਇੱਕ ਫਾਇਰਿੰਗ ਅੰਦਰ ਵੀ ਆਈ ਹੈ। ਤੇ ਹਜੇ ਤੱਕ ਨਾਲ ਇਨਫੋਰਮੇਸ਼ਨ ਅਸੀਂ ਸਾਰਿਆਂ ਨੇ ਪਿੱਛੇ ਵੀ ਥੋੜ੍ਹੇ ਭੱਜੇ ਆ ਮੁੰਡੇ, ਪਰ ਉਹ ਨਿਕਲ ਗਏ ਉਹ, ਤੇ ਬਾਕੀ ਸਭ ਠੀਕ ਹੈਗਾ, ਕੋਈ ਕਿਸੇ ਦਾ ਨੁਕਸਾਨ ਨਹੀਂ ਹੋਇਆ, ਸ਼ੀਸ਼ੇ ਵਗੈਰਾ ਸਾਰੇ ਬ੍ਰੇਕ ਹੋਏ ਆ। DSP ਸਬ ਡਿਵੀਜ਼ਨ ਅਤੇ ਹੋਰ ਪੁਲਿਸ ਟੀਮਾਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀਆਂ ਨੇ। ਪੁਲਿਸ ਦੇ ਹੱਥ ਇੱਕ ਚਿੱਠੀ ਵੀ ਲੱਗੀ ਹੈ ਜਿਸ ਬਾਰੇ ਪੁਲਿਸ ਨੇ ਹਾਲੇ ਕੋਈ ਵੀ ਖੁਲਾਸਾ ਨਹੀਂ ਕੀਤਾ। ਇੱਥੇ ਸਵੇਰੇ 10 ਵਜੇ ਦੇ ਕਰੀਬ ਦੋ ਲੜਕੇ ਆਏ ਆ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈਗੀ, ਔਰ ਇਹਦੀ ਫੁਟੇਜ ਜਿਹੜੀ ਆ ਅਸੀਂ ਉਹ ਚੈੱਕ ਕੀਤੀ ਹੈਗੀ, ਜਿਹਦੇ ਆਧਾਰ 'ਤੇ ਅਸੀਂ ਕੇਸ ਰਜਿਸਟਰ ਜਿਹੜਾ ਉਹ ਕਰ ਰਹੇ ਹਾਂ ਇਹਨਾਂ ਦੇ ਬਿਆਨਾਂ ਦੇ ਆਧਾਰ 'ਤੇ, ਅਤੇ ਬਾਕੀ ਇਹਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ। ਕੇਸ ਰਜਿਸਟਰ ਕਰਨ ਤੋਂ ਬਾਅਦ ਜੋ ਗੱਲਬਾਤ ਸਾਹਮਣੇ ਆਏਗੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਕਿੰਨੇ ਰਾਊਂਡ ਫਾਇਰ ਹੋਏ?
ਇਹ ਕਰੀਬ 14-15 ਦੇ ਰਾਊਂਡ ਲੱਗਦਾ ਹੈਗਾ ਜਿਹੜੇ ਫਾਇਰ ਹੋਏ ਆ। 32 ਬੋਰ ਦੇ ਹੈਗੇ ਆ। ਇੰਜਰੀ ਤੇ ਨਹੀਂ? ਨਹੀਂ ਕੋਈ ਇੰਜਰੀ ਨਹੀਂ। ਸਰ ਇਹ ਵੀ ਪਤਾ ਲੱਗਾ ਕੋਈ ਲੈਟਰ ਦੇ ਕੇ ਗਏ ਆ ਕੋਈ ਧਮਕੀ ਭਰੇ ਪੱਤਰ? ਇੱਕ ਲੈਟਰ ਵੀ ਦੇ ਕੇ ਗਏ ਆ। ਪਹਿਲਾਂ ਕੋਈ ਇਹਨਾਂ ਨੂੰ ਕਾਲ ਵਗੈਰਾ ਨਹੀਂ ਆਈ ਇਹਨਾਂ ਦੇ ਦੱਸਣ ਦੇ ਮੁਤਾਬਕ। ਅੱਜ ਇੱਕ ਚਿੱਠੀ ਵੀ ਦੇ ਕੇ ਗਏ ਜਿੱਥੇ ਇੱਕ ਨਾਮ ਲਿਖਿਆ ਹੋਇਆ ਕਿਸੇ ਦਾ, ਫਿਲਹਾਲ ਪੁਲਿਸ ਉਹਨਾਂ ਮੁੰਡਿਆਂ ਦੀ ਤਲਾਸ਼ ਕਰ ਰਹੀ ਹੈ ਜਿਨ੍ਹਾਂ ਦੇ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਨੇ।